ਸੜਕ ਵਿਚਾਲੇ ਉਦੋਂ ਹੜਕੰਪ ਮੱਚ ਗਿਆ ਜਦੋਂ ਇੱਕ ਚਲਦੀ ਹੋਈ ਥਾਰ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ। ਇਸ ਥਾਰ ਦੇ ਵਿੱਚ ਪੂਰਾ ਪਰਿਵਾਰ ਸਵਾਰ ਸੀ। ਦੱਸਿਆ ਜਾ ਰਿਹਾ ਕਿ ਮਹਿਜ਼ ਅੱਧਾ ਘੰਟਾ ਪਹਿਲਾਂ ਹੀ ਇਹ ਪਰਿਵਾਰ ਇਸ ਥਾਰ 'ਚ ਸਵਾਰ ਹੋ ਕੇ ਨਿਕਲਿਆ ਸੀ। ਚਲਦੀ ਹੋਈ ਥਾਰ ਦੇ ਵਿੱਚੋਂ ਪਹਿਲਾਂ ਧੂੰਆਂ ਨਿਕਲਦਾ ਹੈ ਅਤੇ ਫਿਰ ਥਾਰ ਦੇ ਏਸੀ ਦੇ ਵਿੱਚੋਂ ਅੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਦੇਖ ਕੇ ਪਰਿਵਾਰ ਘਬਰਾ ਜਾਂਦਾ ਹੈ। ਚਾਲਕ ਬਾਹਰ ਨਿਕਲਦਾ ਹੈ ਤੇ ਪਰਿਵਾਰ ਨੂੰ ਵੀ ਸੁਰੱਖਿਅਤ ਬਾਹਰ ਕੱਢ ਲੈਂਦਾ ਹੈ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਥਾਰ ਦੇ ਏਸੀ 'ਚ ਅੱਗ ਕਿਵੇਂ ਲੱਗੀ ਇਹ ਹਾਲੇ ਵੀ ਜਾਂਚ ਦਾ ਵਿਸ਼ਾ ਹੈ। ਥਾਰ ਦੇ ਵਿੱਚੋਂ ਨਿਕਲ ਰਿਹਾ ਧੂੰਆਂ ਤੇ ਅੱਗ ਦੀਆਂ ਲਪਟਾਂ ਦੇਖ ਕੇ ਇੱਥੇ ਲੋਕਾਂ ਦੇ ਵੀ ਹੋਸ਼ ਉੜ ਗਏ। ਤੁਰੰਤ ਹੀ ਆਸ-ਪਾਸ ਦੇ ਰੈਸਟੋਰੈਂਟ ਦੇ ਕਰਿੰਦੇ ਫਾਇਰ ਐਕਸਟੈਂਸ਼ਨ ਲੈ ਕੇ ਪਹੁੰਚਦੇ ਨੇ ਤੇ ਫਿਰ ਅੱਗ ਨੂੰ ਬੁਝਾਉਂਦੇ ਨੇ। ਪਿੱਛੇ ਗੱਡੀਆਂ ਦਾ ਲੰਬਾ ਜਾਮ ਲੱਗ ਜਾਂਦਾ ਹੈ। ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ, ਜਿੱਥੇ ਇਹ ਪਰਿਵਾਰ ਲੁਧਿਆਣਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ। ਘਰੋਂ ਘੁੰਮਣ ਲਈ ਨਿਕਲਿਆ ਤੇ ਇੱਥੇ ਅੰਸਲ ਪਲਾਜ਼ਾ ਦੇ ਕੋਲ ਆ ਕੇ ਇਸ ਥਾਰ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਧੂੰਆਂ ਵੀ ਇਸ ਕਦਰ ਕੇ ਦੇਖ ਕੇ ਤੁਹਾਡੇ ਵੀ ਹੋਸ਼ ਉੜ ਜਾਣਗੇ। ਵੀਡੀਓ ਨੂੰ ਗੌਰ ਨਾਲ ਦੇਖੋ ਕਿਸ ਤਰ੍ਹਾਂ ਥਾਰ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਤੇ ਥਾਰ ਦੇ ਅੰਦਰ ਦੇ ਹਾਲ ਦੇਖੋ ਕਿਸ ਤਰ੍ਹਾਂ। ਡੈਸ਼ਬੋਰਡ ਵੀ ਪਿਘਲ ਚੁੱਕਿਆ ਹੈ, ਬੋਨਟ ਨੂੰ ਵੀ ਅੱਗ ਲੱਗ ਗਈ, ਸੀਟਾਂ ਦਾ ਵੀ ਨੁਕਸਾਨ ਹੋ ਗਿਆ। ਗਨੀਮਤ ਇਹ ਰਹੀ ਹੈ ਕਿ ਇਸ ਥਾਰ ਦੇ ਵਿੱਚ ਸਵਾਰ ਪਰਿਵਾਰ ਨੂੰ ਕੁਝ ਨਹੀਂ ਹੋਇਆ, ਸੁਰੱਖਿਅਤ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ। ਉਧਰ ਮਾਲਕ ਦਾ ਕਹਿਣਾ ਹੈ ਕਿ ਉਸਨੂੰ ਵੀ ਨਹੀਂ ਪਤਾ ਹੈ ਕਿ ਆਖਿਰ ਇਸ ਏਸੀ ਦੇ ਵਿੱਚ ਅੱਗ ਕਿਵੇਂ ਲੱਗੀ ਹੈ। ਇੱਥੇ ਲੋਕਲ ਹੀ ਅਸੀਂ 1.5 ਕਿਲੋਮੀਟਰ ਤੋਂ ਆਏ ਹਾਂ, ਚਲਦੇ ਚਲਦੇ ਅੱਗ ਲੱਗ ਗਈ ਏਸੀ ਨੂੰ ਤੇ ਅਸੀਂ ਬਾਹਰ ਆ ਗਏ। ਕਿੰਨੇ ਜਣੇ ਸੀ ਗੱਡੀ 'ਚ? ਫੈਮਿਲੀ ਸੀ। ਫੈਮਿਲੀ ਸੀ, ਫੈਮਿਲੀ ਦਾ ਬਚਾਓ ਕੇ ਸਰ? ਅੱਛਾ, ਕਿਹੜੀ ਗੱਡੀ ਸੀ ਇਹ ਸਰ? ਪਤਾ ਤੁਹਾਡੇ ਸਾਹਮਣੇ ਹੀ ਹੈ, ਥਾਰ ਗੱਡੀ ਸੀ। ਠੀਕ ਹੈ, ਤੇ ਅੱਗ ਜਦੋਂ ਬੁਝਾਈ ਹੈ ਗੱਡੀਆਂ ਆ ਗਈਆਂ ਸੀ ਬਚਾਉਣ ਵਾਲੀਆਂ? ਨਹੀਂ, ਹੈਲਪ ਕੀਤੀ ਲੋਕਾਂ ਨੇ, ਕੋਈ ਗੱਡੀ ਗੁੱਡੀ ਨਹੀਂ ਆਈ। ਆ ਮੈਕਡੋਨਲਡ ਵਾਲੇ, ਕੇ ਐਫ ਸੀ ਵਾਲਿਆਂ ਨੇ, ਇਹਨਾਂ ਦੇ ਕਰਕੇ ਬਚਾਅ ਹੋ ਗਿਆ।